ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਦੇ ਜੀਵਨ ਦੀ ਇੱਕ ਘਟਨਾ ਆਪ ਜੀ ਨੂੰ ਸਰਵਣ ਕਰਾ ਰਹੇ ਹਾਂ ਕਿ ਇੱਕ ਮਾਈ ਜਿਹੜੀ ਉਹਨਾਂ ਦੀ ਜਾਣਕਾਰ ਸੀ ਉਹਨਾਂ ਕੋਲ ਬਾਰ-ਬਾਰ ਆਉਂਦੀ ਸੀ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਹ ਆਪਣੀਆਂ ਨੂਹਾਂ ਨਾਲ ਝਗੜਾ ਕਰਕੇ ਆਉਂਦੀ ਹੈ ਜਾਂ ਨਾਰਾਜ਼ ਹੋ ਕੇ ਆਉਂਦੀ ਹੈ ਤਾਂ ਇੱਕ ਦਿਨ ਭਾਈ ਸਾਹਿਬ ਜੀ ਨੇ ਉਸਦੇ ਪਤੀ ਨੂੰ ਕੋਲ ਬਿਠਾ ਕੇ ਉਸ ਨੂੰ ਵੀ ਬਿਠਾਇਆ ਤੇ ਕੁਝ ਸਿੱਖਿਆ ਦਿੱਤੀ ਉਹ ਸਿੱਖਿਆ ਸਾਰੀਆਂ ਸੱਸਾਂ ਨੂਹਾਂ ਤੇ ਬੱਚਿਆਂ ਲਈ ਬੜੀ ਸਿੱਖਿਆਦਾਇਕ ਹੈ ਇਸ ਵਿੱਚ ਆਪ ਜੀ ਨੇ ਮਾਈ ਪੰਜਾਬੋ ਤੇ ਬੀਬੀ ਕਰਮਾ ਭਾਈ ਇਹ ਦੋ ਸਾਖੀਆਂ ਵੀ ਸੁਣਾਈਆਂ ਜਿਹੜੀਆਂ ਸੱਚੀ ਘਟਨਾ ਤੇ ਆਧਾਰਿਤ ਸਨ ਤਾਂ ਕਿ ਉਸ ਨੂੰਤ ਲੈ ਸਕਣ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਨੂਹ ਤੇ ਸੱਸ ਇੱਕ ਮਾਈ ਆਪਣੀਆਂ ਨੂਹਾਂ ਪੁੱਤਰਾਂ ਨਾਲ ਗੁਸੇ ਹੋ ਕੇ ਸ੍ਰੀ ਅੰਮ੍ਰਿਤਸਰ ਆ ਗਈ ਗੁਰੂ ਰਾਮਦਾਸ ਰਾਮੇ ਠਹਿਰੀ ਤੇ ਇਹ ਉਥੋਂ ਫਿਰ ਭਾਈ ਸਾਹਿਬ ਜੀ ਨੂੰ ਮਿਲਣ ਆਈ ਇਸ ਪਰਿਵਾਰ ਨਾਲ ਭਾਈ ਸਾਹਿਬ ਜੀ ਦੀ ਚੰਗੀ ਜਾਣ ਪਛਾਣ ਤੇ ਮੇਲ ਮਿਲਾਪ ਸੀ ਜਦ ਭਾਈ ਸਾਹਿਬ ਜੀ ਨੂੰ ਇਹ ਪਤਾ ਲੱਗਾ ਕਿ ਮਾਈ ਆਪਣੇ ਨੂਹਾਂ ਪੁੱਤਾਂ ਨਾਲ ਨਾਰਾਜ਼ ਹੋ ਕੇ ਆਈ ਹੈ ਤਾਂ ਉਹਨਾਂ ਨੇ ਉਸ ਦੇ ਪਤੀ ਨੂੰ ਤਾਰ ਦੇ ਕੇ ਬੁਲਾਇਆ ਅਤੇ ਉਸ ਦੇ ਨਾਲ ਉਸ ਨੂੰ ਭੇਜ ਦਿੱਤਾ ਇਕ ਦੋ ਵਾਰ ਫਿਰ ਏ ਮਾਈ ਮਗਰੋਂ ਆਈ ਭਾਈ ਸਾਹਿਬ ਫਿਰ ਉਸ ਨੂੰ ਇਸੇ ਤਰ੍ਹਾਂ ਘਰ ਭੇਜਦੇ ਰਹੇ ਫਿਰ ਕੁਝ ਸਮੇਂ ਪਿਛੋਂ ਏ ਮਾਈ ਫਿਰ ਇੱਥੇ ਭਾਈ ਸਾਹਿਬ ਪਾਸ ਆਈ ਤਾਂ ਉਹ ਬਿਮਾਰ ਹੋ ਗਈ ਆਪਣੇ ਪਾਸ ਰੱਖ ਕੇ ਉਸ ਦਾ ਇਲਾਜ ਕੀਤਾ ਤੇ ਉਸ ਦੇ ਪਤੀ ਨੂੰ ਵੀ ਸੱਦ ਭੇਜਿਆ ਜਦ ਉਸ ਦਾ ਪਤੀ ਆ ਗਿਆ ਤਾਂ ਭਾਈ ਸਾਹਿਬ ਨੇ ਦੋਹਾਂ ਨੂੰ ਬਿਠਾ ਕੇ ਜੋ ਸਿੱਖਿਆ ਦਿੱਤੀ ਉਸ ਸਾਂ ਨੂਹਾਂ ਤੇ ਬੱਚਿਆਂ ਲਈ ਬੜੀ ਸਿੱਖਿਆਦਾਇਕ ਇਹ ਸਨ 1940 ਦਾ ਵਾਕਿਆ ਹੈ ਜੋ ਕੁਝ ਸਿੱਖਿਆ ਉਹਨਾਂ ਨੂੰ ਦਿੱਤੀ ਉਹ ਬੜੀ ਪੁਰਜ਼ੋਰ ਤੇ ਪੁਰ ਅਸਰ ਸੀ ਹੂ ਬਹੁ ਨਹੀਂ ਦਸੀ ਜਾ ਸਕਦੀ ਪਰ ਆਪਣੇ ਸ਼ਬਦਾਂ ਵਿੱਚ ਬਿਆਨ ਕਰਨ ਦਾ ਯਤਨ ਕੀਤਾ ਗਿਆ ਹੈ ਭਾਈ ਸਾਹਿਬ ਨੇ ਕੁਝ ਇਸ ਤਰ੍ਹਾਂ ਸਿੱਖਿਆ ਉਹਨਾਂ ਨੂੰ ਦਿੱਤੀ ਬੀਬੀ ਜੀ ਦੁਨੀਆ ਵਿੱਚ ਆਪਣੇ ਆਪ ਨੂੰ ਮੰਨਫੀ ਹਾਲਤ ਵਿੱਚ ਰੱਖ ਕੇ guzara ਹੁੰਦਾ ਹੈ ਮੁਸਬਤ ਵਿੱਚ ਰੱਖ ਕੇ ਨਹੀਂ ਦੁਨੀਆ ਆਪ ਸੁਖ ਲੈਣਾ ਚਾਹੁੰਦੀ ਹੈ ਆਪਣਾ ਸੁਖ ਵਾਰ ਕੇ ਸੁਖ ਦੇਣਾ ਨਹੀਂ ਚਾਹੁੰਦੀ ਬੱਚੇ ਤੁਸੀਂ ਕਿੰਨੀਆਂ ਸੁਖਾਂ ਸੁਖ ਸੁਖ ਕੇ ਲਿਓ ਸਣ ਤੇ ਕਈ ਸ਼ਗਨ ਮਨਾ ਮਨਾ ਕੇ ਨੂਹਾਂ ਵਿਆਹਾਂ ਹੋਸਣ ਪਰ ਹੁਣ ਐਸਾ ਸਮਾਂ ਤੁਹਾਨੂੰ ਆ ਵਾਪਰਿਆ ਹੈ ਕਿ ਨੂਹਾਂ ਦੇ ਕਈ ਆਪਣੇ ਜਿਗਰ ਦੇ ਟੋਟੇ ਵੀ ਨਿਭਾ ਨਹੀਂ ਕਰ ਸਕਦੇ ਇਸ ਲਈ ਤੁਹਾਨੂੰ ਆਪਣੇ ਆਪ ਨੂੰ ਨਿਮਰਤਾ ਵਿੱਚ ਲੈ ਜਾਣਾ ਚਾਹੀਦਾ ਹੈ ਜਿਵੇਂ ਛੋਟਿਆਂ ਬੱਚਿਆਂ ਦੇ અપਮਾਨ ਜਦੋਂ ਉਹ ਬੇਸਮਝ ਸਨ ਸਹਾਰੇ ਸਨ ਉਸੇ ਤਰ੍ਹਾਂ ਦਾ ਹੁਣ ਵੀ ਦਿਲ ਬਣਾ ਕੇ ਸਹਾਰ ਕੇ ਸਹਿਨਸ਼ੀਲਤਾ ਵਾਲਾ ਵਰਤਾਲ ਰੱਖਣਾ ਚਾਹੀਦਾ ਹੈ ਇੱਟ ਚੁੱਕਦਿਆਂ ਨੂੰ ਪੱਥਰ ਚੁੱਕਣ ਵਾਲੇ ਦਾ ਗੁਜ਼ਾਰਾ ਨਹੀਂ ਹੋ ਸਕਦਾ ਭਾਵੇਂ ਆਪਣੇ ਨਿੱਜ ਕੋਖ ਜਾਇਆਂ ਦੇ ਨਾਲ ਹੀ ਵਾ ਕਿਉਂ ਨਾ ਹੋਵੇ ਜੇ ਨਿਮਰਤਾ ਵਿੱਚ ਵਸੀਏ ਆਪਣਾ ਸੁੱਖ ਕੁਰਬਾਨ ਕਰਕੇ ਦੂਜੇ ਨੂੰ ਸੁੱਖ ਦੇਈਏ ਤਾਂ ਉਹ ਦਿਨ ਵੀ ਆ ਜਾਂਦਾ ਹੈ ਕਿ ਹੱਥੀ ਛਾਵਾ ਹੋਣ ਲੱਗ ਪੈਂਦੀਆਂ ਹਨ ਭਾਈ ਸਾਹਿਬ ਜੀ ਨੇ ਹੋਰ ਸਪਸ਼ਟ ਕਰਕੇ ਸਮਝਾਇਆ ਜੇ ਨੂੰ ਆਖੇ ਆ ਬੈਠੀ ਏ ਸਾਡੇ ਬੂਹੇ ਉੱਤੇ ਤਾਂ ਸੱਸ ਅੱਗੋਂ ਆਖੇ ਹਾਂ ਬੱਚੀ ਪੁੱਤਰ ਹੋਏ ਤਾਂ ਪੁੱਤਰ ਦੇ ਬੂਹੇ ਹੀ ਆਉਣਾ ਸੀ ਜੀਵਦਾ ਰਹੇ ਵਿਚਾਰਾ ਇਹ ਮੇਰੇ ਬੱਚੇ ਦਾ ਪਰਿਵਾਰ ਵਸਦਾ ਰਹੇ ਤੇ ਮੈਂ ਇਸ ਬੂਹੇ ਤੇ ਬੈਠੀ ਰਹਾ ਤੇ ਮੈਂ ਬੱਚਿਆਂ ਨੂੰ ਵੇਖ-ਵੇਖ ਕੇ ਠਰਦੀ ਖੁਸ਼ ਹੁੰਦੀ ਰਹਾਂ ਅਸੀਸਾਂ ਦਿਆਂ ਕਲੇਜੇ ਵਿੱਚ ਠੰਡ ਪਾਵਾਂ ਇਹ ਸੁਣ ਕੇ ਕਿਹੜਾ ਪੱਥਰ ਤੋਂ ਵੀ ਕਰਣਾ ਦਿਲ ਹੈ ਜਿਹੜਾ ਇਸ ਤਰ੍ਹਾਂ ਦੇ ਅੱਗੋਂ ਵਰਤਾਵ ਕੀਤਿਆਂ ਪੰਗਰ ਨਾ ਪਵੇ ਫਿਰ ਬੱਚਿਆਂ ਦੇ ਬੱਚਿਆਂ ਨਾਲ ਪਿਆਰ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਮੱਲੋ ਮੱਲੀ ਝੁਕਾ ਦਿੰਦਾ ਹੈ ਫਿਰ ਗੁਰਬਾਣੀ ਵਿੱਚ ਵੀ ਲਿਖਿਆ ਹੈ ਸੱਤਰ ਕਾ ਮਤ ਹੀਣ ਤੁਹਾਡੀ ਤੇ ਤੁਹਾਡੇ ਪਤੀ ਜੀ ਦੀ ਉਮਰਾਂ 70 ਦੇ ਨੇੜੇ ਟੁੱਕੀ ਜਾਬਦੀ ਹੈ ਤਾਂ ਇਹ ਖਿਆਲ ਕਰਕੇ ਕਿ 70 ਕਾ ਮਤਹੀਣ ਤਾਂ ਗੁਰੂ ਸਾਹਿਬ ਜੀ ਨੇ ਵੀ ਫਰਮਾਇਆ ਹੈ ਜੋ ਆਪਣੇ ਜਾਏ ਤੈਨੂੰ ਆ ਤੁਹਾਨੂੰ ਮਤਹੀਣ ਤੇ ਮੂਰਖ ਕਹਿੰਦੇ ਹਨ ਤਾਂ ਉਸਤੇ ਵੀ ਗੁੱਸੇ ਵਿੱਚ ਨਹੀਂ ਜਾਣਾ ਚਾਹੀਦਾ ਬਿਰਧ ਅਵਸਥਾ ਵਿੱਚ ਤਾਕਤ ਹੁੰਦੀ ਨਹੀਂ ਮਾਣ ਆਪਣੇ ਬੱਚਿਆਂ ਤੇ ਜ਼ਿਆਦਾ ਹੁੰਦਾ ਹੈ ਕਿ ਦੇਖੋ ਆਪਣੇ ਜਾਏ ਜਿਨ੍ਹਾਂ ਬਾਬਤ ਲੱਖਾਂ ਤਕਲੀਫਾਂ ਉਠਾ ਉਠਾ ਕੇ ਪਾਲਿਆ ਪਲੋਸਿਆ ਉਹ ਹੁਣ ਟੁਕ ਵੀ ਨਹੀਂ ਦਿੰਦੇ ਗੁੱਸਾ ਆਉਂਦਾ ਹੈ ਪਰ ਗੁੱਸੇ ਕਰਕੇ ਤੇ ਪਰਿਵਾਰ ਨਾਲੋਂ ਟੁੱਟ ਕੇ ਹੁਣ ਬੁੱਢੇ ਵਾਰ ਦਿਨ ਕੱਟੀ ਹੋਵੇ ਤੇ ਕਿੱਥੇ ਹੋਵੇ ਕਿਉਂਕਿ ਸਰੀਰ ਵਿੱਚ ਸਾਹਸ ਨਹੀਂ ਜੋ ਕਿ ਆਥੀ ਕੋਈ ਕੰਮ ਜਾਂ ਮਜੂਰੀ ਕਰ ਲਈ ਤੇ ਰੋਟੀ ਕਮਾ ਲਈ ਫਿਰ ਗੁਣ ਕੋਈ ਹੋਏ ਨਾ ਕਿ ਜਿਨ੍ਹਾਂ ਦਾ ਕੋਈ ਮੁੱਲ ਪੈ ਸਕੇ ਇਸ ਲਈ ਹੁਣ ਗੁਜ਼ਾਰਾ ਹੋਵੇ ਤੇ ਕਿੰਜ ਹੋਵੇ ਇਸ ਵਾਸਤੇ ਚੰਗੀ ਗੱਲ ਤਾਂ ਏਹੀ ਹੈ ਕਿ ਸਭ ਕੁਝ ਸਹਾਰ ਕੇ ਨੂਹਾਂ ਦੀ ਆਈ ਇਟ ਨੂੰ ਸਹਿ ਪਿਆਰ ਵਾਲਾ ਵਰਤਾਵਾਂ ਗੋਂ ਕਰਕੇ ਵਿੱਚੇ ਰਹੇ ਤੇ ਵਾਹਿਗੁਰੂ ਦਾ ਲੜਫੜੀ ਰੱਖੇ ਵਾਕ ਹੈ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਹੋਏ ਇਸ ਲਈ ਵਾਹਿਗੁਰੂ ਦਾ ਹੋਣ ਦੀ ਕੋਸ਼ਿਸ਼ ਕਰਦਾ ਰਹੇ ਫਿਰ ਸਭੇ ਪਿੱਛੇ ਲੱਗਣਗੇ ਇਹ ਤਜਰਬਾ ਹੋ ਚੁੱਕਾ ਸੱਚ ਹੈ ਕਿ ਵਾਹਿਗੁਰੂ ਦਾ ਹੋਇਆ ਜਗਤ ਉਸ ਦਾ ਹੋ ਜਾਂਦਾ ਹੈ ਸੰਤ ਅਤਰ ਸਿੰਘ ਜੀ ਹੋរី ਵਾਹਿਗੁਰੂ ਜੀ ਦੇ ਹੋਏ ਤਾਂ ਸਾਰਾ ਜਗਤ ਹੀ ਉਹਨਾਂ ਨੂੰ ਹੱਥੀਂ ਛਾਵਾ ਕਰਦਾ ਸੀ ਇਸ ਲਈ ਗੁਰਬਾਣੀ ਪੜੋ ਗੁਰਬਾਣੀ ਜੋ ਫਰਮਾਉਂਦੀ ਹੈ ਉਸ ਤੇ ਅਮਲ ਕਰੋ ਮਿੱਠਾ ਬੋਲੋ ਵਰਤਨ ਮਿੱਠੀ ਪਿਆਰ ਤੇ ਸਹਿਨਸ਼ੀਲਤਾ ਵਾਲੀ ਰੱਖੋ ਕਿਸੇ ਦਾ ਦਿਲ ਨਾ ਟਾਓ ਜੇ ਉਹ ਦਿਲ ਟਾਉਂਦੇ ਹਨ ਤਾਂ ਵੀ ਜਰ ਜਾਓ ਪਰ ਅਗੋਂ ਟਾਉਣ ਵਾਲੇ ਦਾ ਦਿਲ ਨਾ ਟਾਓ ਫਰੀ ਜੀ ਦੀ ਸਿੱਖਿਆ ਇਹੋ ਹੈ ਜੇ ਤਉ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਵੈਗਰੂ ਦੇ ਬਣਿਆ ਗੁਨਾ ਦਾ ਵਾਸਾ ਸੁੱਤੇ ਸਿਦ ਹੋ ਜਾਂਦਾ ਹੈ ਤੇ ਗੁਨਾ ਵਾਲਿਆਂ ਨੂੰ ਆਪਣੇ ਬੱਚੇ ਤਾਂ ਕੀ ਸਗੋਂ ਜਗਤ ਵੀ ਅਥੀਂ ਛਾਵਾ ਕਰਨ ਲੱਗ ਪੈਂਦਾ ਹੈ ਇੱਕ ਮਾਈ ਪੰਜਾਬੋ ਹੋਈ ਹੈ ਪਤਾ ਨਹੀਂ ਕਿੱਥੋਂ ਦੀ ਸੀ ਪਰ ਸਿੰਘਣੀ ਸੀ ਅਤੇ ਸਤਾਂ ਪੁੱਤਰਾਂ ਦੀ ਮਾਂ ਸੀ ਦੇਖ ਲਓ ਉਹ ਕਿੱਡੇ ਪਰਿਵਾਰ ਵਾਲੀ ਸੀ ਵਾਹਿਗੁਰੂ ਦਾ ਕਰਨਾ ਐਸਾ ਹੋਇਆ ਕਿ ਪਰਿਵਾਰ ਦੇ ਇੱਕ ਇੱਕ ਕਰਕੇ ਜੀ ਗੁਰਪੁਰੀ ਸਿਹਾਰਨ ਲੱਗ ਪਏ ਤੇ ਅੰਤ ਸੱਤੇ ਪੁੱਤਰ ਹੀ ਗੁਰੂ ਜੀ ਦੀ ਗੋਦੀ ਜਾ ਬਰਾਜੇ ਬਸ ਫਿਰ ਉਮਾਈ ਇਕ ਇਕੱਲੀ ਹੀ ਰਹਿ ਗਈ ਜਦ ਸਤਵੇਂ ਪੁੱਤਰ ਦੇ ਫੁੱਲ ਲੈ ਕੇ ਹਰਦੁਆਰ ਗਈ ਤਾਂ ਫੁੱਲ ਪਾ ਕੇ ਮੁੜੀ ਤਾਂ ਖਰਚ ਮੁੱਕ ਗਿਆ ਪੈਦਲ ਟੁਰਦੀ ਡੇਰਾਦੂਨ ਆਈ ਉਤੋਂ ਹੋ ਕੇ ਫਿਰ ਪੈਦਲ ਹੀ ਆਪਣੇ ਗ੍ਰਾਮ ਵੱਲ ਟੁਰ ਪਈ ਇੱਕ ਖਰਚ ਦੀ ਤੰਗੀ ਤੇ ਦੂਜੇ ਘਰ ਦੀ ਸੁਨਸਾਨਤਾ ਨੇ ਮਨ ਪਿਗਲਾਇਆ ਹੋਇਆ ਸੀ ਟੁਰਦੀਆਂ ਟੁਰਦਿਆਂ ਮੱਲੋ-ਮਲੀ ਬਿਰਤੀ ਕਾਗਰ ਹੋ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਈ ਤੇ ਫਿਰ ਅਰਦਾਸ ਵਿੱਚ ਵੈ ਨਿਕਲੀ ਸੱਚੇ ਬਾਦਸ਼ਾ ਅਸਚਰਜ ਹਨ ਤੇਰੇ ਚੋਜ ਕਿਹੜੀ ਵਡ ਪਰਵਾਰੀ ਸਾਂ ਤੇ ਹੁਣ ਬਸ ਇੱਕੋ ਇੱਕ ਇਕੱਲੀ ਨਾ ਅੱਗਾ ਤੇ ਨਾ ਪਿੱਛਾ ਮੇਰੇ ਸਾਈਆਂ ਕਿੱਥੇ ਸਿਰ ਲੁਕਾਸਾਂ ਕਿਥੋਂ ਖਸ ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤ ਇਤਿਆਦਿਕ ਬੇਨਤੀਆਂ ਵਿੱਚ ਲੱਗੀ ਰਹੀ ਤੇ ਆਪਣੇ ਰਾਹ ਟੁਰੀ ਜਾਂਦੀ ਰਹੀ ਇਸ ਤਰ੍ਹਾਂ ਟੁਰੀ ਜਾਂਦਿਆਂ ਨੂੰ ਸ਼ਾਮਾਂ ਪੈ ਗਈਆਂ ਸਾਹਮਣੇ ਪਿੰਡ ਆ ਗਿਆ ਦੋਈ ਵਾਲਾ ਪਤਾ ਕੀਤਾ ਕਿ ਕੋਈ ਸਿੱਖਾਂ ਦਾ ਘਰ ਹੈ ਇਥੇ ਤਾਂ ਇੱਕ ਘਰ ਦਾ ਪਤਾ ਲੱਗਾ ਮਾਈ ਉਸ ਘਰ ਗਈ ਤੇ ਜਾ ਕੇ ਉਸੋ ਬੱਚਿਓ ਮੈਂ ਮੁਸਾਫਰ ਹਾਂ ਰਾਤ ਪੈ ਰਹੀ ਹੈ ਜੇ ਅੱਜ ਦੀ ਰਾਤ ਮੈਨੂੰ ਇੱਥੇ ਟਿਕਾਣਾ ਦੇ ਦਿਓ ਤਾਂ ਸਵੇਰੇ ਮੈਂ ਆਪਣੇ ਰਾਹ ਪੈ ਜਾਵਾਂਗੀ ਇਹ ਸੁਣ ਕੇ ਘਰ ਵਾਲਿਆਂ ਉਸ ਮਾਈ ਨੂੰ ਜੀ ਆਇਆਂ ਆਖਿਆ ਮੰੰਜਾ ਬਿਸਤਰਾ ਤੇ ਰੋਟੀ ਆਦੀ ਨਾਲ ਉਸ ਦੀ ਖਾਤਰ ਹੋਈ ਬਾਗ ਪਰਵਾਰੋਂ ਟੁੱਟੀ ਮਾਈ ਨੂੰ ਇੱਕ ਫਲਿਆ ਫੁਲਿਆ ਬਾਗ ਪਰਵਾਰ ਮਿਲਿਆ ਸੀ ਮਾਂ ਦੇ ਦਿਲ ਬੱਚਿਆਂ ਉਤੇ ਪਿਆਰ ਵਿੱਚ ਪਿਗਲਿਆ ਹੀ ਕਰਦੇ ਹਨ ਸੋ ਉਹਨਾਂ ਬੱਚਿਆਂ ਨਾਲ ਵੀ ਮਾਈ ਨੇ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ਜਦ ਮਾਈ ਪੰਜਾਬੋਂ ਸਵੇਰੇ ਤੁਰਨ ਲੱਗੀ ਤਾਂ ਉਸ ਦੇ ਰਾਤ ਦੇ ਸਲੂਕ ਨੇ ਸਾਰੇ ਪਰਿਵਾਰ ਨੂੰ ਹੀ ਉਸ ਦੇ ਗਿਰਿਤ ਕਰ ਦਿੱਤਾ ਕਿ ਮਾਤਾ ਅਜੇ ਨਾ ਜਾ ਤੇ ਦੋ ਦਿਨ ਹੋਰ ਸਾਡੇ ਪਾਸ ਠਹਿਰ ਜਾ ਮਾਈ ਵੀ ਉਹਨਾਂ ਦੇ ਇਸ ਪ੍ਰੇਮ ਸਦਕਾ ਠਹਿਰ ਗਈ ਪਰ ਬਜਾਏ ਇਸ ਦੇ ਕਿ 2 ਦਿਨਾਂ ਤੋਂ ਬਾਅਦ ਘਰ ਵਾਲੇ ਉਸ ਨੂੰ ਪਿਆਰ ਨਾਲ ਟੋਰ ਦਿੰਦੇ ਸਗੋਂ ਉਹਨਾਂ ਨੇ ਉਸ ਮਾਈ ਨੂੰ ਫਿਰ ਮਜਬੂਰ ਕੀਤਾ ਕਿ ਮਾਈ 10 ਦਿਨ ਹੋਰ ਸਾਡੇ ਪਾਸ ਠਹਿਰ ਜਾ ਮਾਈ ਮੁੱਲ ਠਹਿਰ ਗਈ ਤੇ ਮਾਈ ਨੇ ਉਹਨਾਂ ਨਾਲ ਪਿਆਰ ਤੇ ਪ੍ਰੇਮ ਭਰਿਆ ਐਸਾ ਸਲੂਕ ਕੀਤਾ ਕਿ ਜਦੋਂ ਉਹ 10 ਦਿਨਾਂ ਪਿਛੋਂ ਟੁਰਨ ਲੱਗੀ ਤਾਂ ਉਹਨਾਂ ਨੇ ਮਹੀਨੇ ਦਾ ਇਕਰਾਰ ਕਰਕੇ ਠਹਿਰਾ ਲਿਆ ਤੇ ਉਸ ਦੇ ਬਾਅਦ ਫਿਰ ਇਕਰਾਰ ਕਰਨੇ ਕਹਿਣੇ ਬਸ ਹੋ ਗਏ ਹੁਣ ਉਹ ਮਾਈ ਪੰਜਾਬੋ ਸਾਰੇ ਘਰ ਦੀ ਮਾਂ ਤੇ ਸਾਰਾ ਪਰਿਵਾਰ ਉਸ ਦਾ ਆਪਣਾ ਜੰਮਿਆ ਬਣ ਗਿਆ ਇਹ ਸਭ ਮਾਈ ਦਾ ਚੰਗਾ ਸਲੂਕ ਮਾਈ ਦਾ ਆਪਣਾ ਜੱਬਾ ਘਰ ਦੀ ਵਰਤੋਂ ਵਿੱਚ ਸਾਰੇ ਪਰਿਵਾਰ ਦੀ ਹਰ ਦਿਲ ਅਜ਼ੀਜ਼ੀ ਇੰਨੀ ਵੱਡੀ ਕਿ ਕੋਈ ਇਹ ਪੁੱਛਾਣ ਨਹੀਂ ਸੀ ਸਕਦਾ ਕਿ ਮਾਈ ਦਾ ਇਹ ਪਰਿਵਾਰ ਨਹੀਂ ਜੰਮਿਆ ਨਹੀਂ ਪ੍ਰੋਫੈਸਰ ਪੂਰਨ ਸਿੰਘ ਜੀ ਵੀ ਉਸ ਘਰ ਜਾਂਦੇ ਆਉਂਦੇ ਰਹੇ ਸਨ ਪਰ ਉਹਨਾਂ ਨੂੰ ਵੀ 8 ਸਾਲ ਤੱਕ ਇਸ ਗੱਲ ਦਾ ਪਤਾ ਨਾ ਲੱਗਾ ਕਿ ਐ ਮਾਈ ਇਸ ਘਰ ਦੀ ਸੱਕੀ ਮਾਂ ਨਹੀਂ ਉਸ ਪਿੰਡ ਵਿੱਚ ਤੇ ਲਾਂਬੇ ਚਾਂਬੇ ਉਸ ਮਾਈ ਨੂੰ ਮਾਈ ਪੰਜਾਬੋ ਮਾਈ ਪੰਜਾਬੋ ਕਰਕੇ ਕਹਿੰਦੇ ਸਨ ਤੇ ਉਸ ਦੇ ਗੁਨਾ ਕਰਕੇ ਉਸ ਦਾ ਇਨਾ ਜਸ ਤੇ ਕੀਰਤੀ ਫੈਲੀ ਜੋ ਹੁਣ ਤੱਕ ਲੋਕੀ ਉਸ ਮਾਈ ਦੀਆਂ ਕਥਾਵਾਂ ਸੁਣਾਉਂਦੇ ਹਨ ਭਾਵੇਂ ਮਾਈ ਹੁਣ ਚੜਾਈ ਕਰ ਗਈ ਹੈ ਪਰ ਫਿਰ ਉਸ ਪਰਿਵਾਰ ਨੂੰ ਫਖਰ ਹੈ ਕਿ ਸ਼ੁਭ ਗੁਨਾ ਵਾਲੀ ਮਾਈ ਗੁਰਬਾਣੀ ਦੇ ਪ੍ਰੇਮ ਤੇ ਹੋਰ ਉਹਨਾਂ ਨੂੰ ਗੁਰਸਿੱਖੀ ਦੇ ਮਾਰਗ ਉਤੇ ਤੋਰਨ ਦਾ ਵੱਲ ਸਿਖਾਉਣ ਵਾਲੀ ਮਾਈ ਸਾਡੀ ਆਪਣੀ ਮਾਈ ਸੀ ਸੋ ਸ਼ੁਭ ਗੁਣਾ ਵਾਲਿਆਂ ਨੂੰ જગ ਐਉਂ ਹੱਥੀ ਛਾਵਾ ਕਰਦਾ ਹੈ ਦੂਸਰਿਆਂ ਨੂੰ ਆਪਣੇ ਤੇ ਗਿਰਵੀਦਾ ਕਰਨ ਦਾ ਸਾਧਨ ਇੱਕੋ ਸੇਵਾ ਹੈ ਸੇਵਾ ਨਾਲ ਸਭ ਕੁਝ ਵੱਸ ਹੋ ਸਕਦਾ ਹੈ ਇਸ ਲਈ ਬੀਬੀ ਜੇ ਤੂੰ ਵੀ ਉਹਨਾਂ ਨੂੰ ਜੋ ਤੇਰੀਆਂ ਆਪਣੀਆਂ ਹਨ ਦੀ ਥੋੜੀ ਬਹੁਤ ਸੇਵਾ ਕਰ ਸਕੇਂ ਤਾਂ ਉਹ ਨੂੰਹਾਂ ਤੈਨੂੰ ਪਿਆਰ ਕਰਨ ਲੱਗ ਪੈਣੀ ਹੈ ਹੋਰ ਸੁਣ ਇੱਕ ਬੀਬੀ ਕਰਮਾ ਭਾਈ ਹੋਈ ਹੈ ਇਸ ਦਾ ਜ਼ਿਕਰ ਭਗਤ ਮਾਲ ਵਿੱਚ ਹੈ ਉਸ ਬੀਬੀ ਨੂੰ ਕੁਆਰੇ ਹੁੰਦਿਆਂ ਹੀ ਵਾਹਿਗੁਰੂ ਦੇ ਪ੍ਰੇਮ ਦੀ ਲਟਕ ਲੱਗ ਗਈ ਇਸ ਲਈ ਉਸ ਦੀ ਤਬੀਅਤ ਗ੍ਰਸਤੀ ਜੀਵਨ ਵੱਲੋਂ ਵੈਰਾਗ ਵਿੱਚ ਚਲੀ ਗਈ ਜਦ ਉਸ ਦੀ ਅਵਸਥਾ ਵਰ ਪ੍ਰਾਪਤੀ ਦੀ ਹੋਈ ਤਾਂ ਉਸ ਦੇ ਮਾਪੇ ਉਸ ਦੀ ਸ਼ਾਦੀ ਦਾ ਫਿਕਰ ਕਰਨ ਲੱਗੇ ਔਰ ਉਹ ਬੀਬੀ ਦਿਲੋਂ ਬਿਆਨੀ ਸੀ ਕਰਨਾ ਚਾਹੁੰਦੀ ਸਗੋਂ ਉਹ ਇਹ ਚਾਹੁੰਦੀ ਸੀ ਕਿ ਆਪਣੇ ਪੇਕੇ ਘਰ ਹੀ ਭਗਵਾਨ ਦੀ ਭਗਤੀ ਵਿੱਚ ਕੁਆਰਿਆਂ ਰਹਿ ਕੇ ਇਸ ਜੀਵਨ ਨੂੰ ਬਿਤਾਇਆ ਜਾਵੇ ਸੋ ਉਸਨੇ ਸੇਵਾ ਦਾ ਗੁਰਯਾਤ ਕੀਤਾ ਤੇ ਆਪਣੇ ਘਰ ਦੀ ਸੇਵਾ ਕਰਨੀ ਆਰੰਭੀ ਉਸ ਬਾਰੇ ਪ੍ਰਸਿੱਧ ਹੈ ਕਿ ਉਹ ਭਗਵਾਨ ਭਗਤੀ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਖਿਚੜੀ ਚਾੜ ਦੇਂਦੀ ਤੇ ਆਪ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪੈਂਦੀ ਇਸ ਲਈ ਉਹ ਖਿਚੜੀ ਜੋ ਵਾਹਿਗੁਰੂ ਜੀ ਦੀ ਪ੍ਰੇਮ ਭਗਤੀ ਵਿੱਚ ਰਿਜੀ ਹੋਈ ਹੁੰਦੀ ਸੀ ਐਸੀ ਸਵਾਦ ਬਣਦੀ ਕਿ ਸਾਰਾ ਪਰਿਵਾਰ ਉਸ ਨੂੰ ਖਾ ਕੇ ਅਸ਼ ਅਸ਼ ਕਰ ਉੱਠਦਾ ਇਸ ਤਰ੍ਹਾਂ ਪੇਕੇ ਘਰ ਦਾ ਸੁੱਖ ਲਗਾਤਾਰ ਵਧਦਾ ਗਿਆ ਹੁਣ ਜਦ ਉਸ ਦੇ ਵਿਆਹ ਬਾਰੇ ਸੋਚ ਵਿਚਾਰ ਹੋਵੇ ਤਾਂ ਘਰ ਦਾ ਮੈਂਬਰ ਹੀ ਕੋਈ ਨਾ ਕੋਈ ਕਹਿ ਦੇਵੇ ਕਿ ਜੇ ਇਹ ਸਹੁਰੇ ਚਲੀ ਗਈ ਤਾਂ ਅਸੀਂ ਇਹੋ ਜੀ ਸਵਾਦੀ ਖਿਚੜੀ ਕਿੱਥੋਂ ਖਾਵਾਂਗੇ ਸਾਡਾ ਅੰਮਕਾ ਸੁੱਖ ਮਾਰਿਆ ਜਾਵੇਗਾ ਅਤੇ ਅੰਤ ਸਿਟਾ ਇਹੀ ਹੋਇਆ ਕਿ ਉਹ ਬੀਬੀ ਸੇਵਾ ਦੇ ਵਸ ਹੋ ਕੇ ਘਰੇ ਕੁਆਰੀ ਰਹੀ ਤੇ ਉਸ ਦੇ ਪੇਕਿਆਂ ਨੇ ਵੀ ਉਸ ਨੂੰ ਆਪਣੇ ਤੋਂ ਵਿਛੋੜਨਾ ਗਵਾਰਾ ਨਾ ਸਮਝਿਆ ਇਹ ਉਪਦੇਸ਼ ਉਹਨਾਂ ਦੋਹਾਂ ਪਤੀ ਪਤਨੀ ਲਈ ਇਕਤਰਫਾ ਸੀ ਕਿਉਂਕਿ ਸਾਹਮਣੇ ਜੋ ਹਾਜ਼ਰ ਸਨ ਉਸ ਦੇ ਫਾਇਦੇ ਦੀ ਗੱਲ ਕਰਨੀ ਸੀ ਜੇ ਉਸ ਦੇ ਬੱਚੇ ਤੇ ਨੂੰਹਾਂ ਆਉਂਦੀਆਂ ਤਾਂ ਸ੍ਰੀ ਭਾਈ ਸਾਹਿਬ ਜੀ ਨੇ ਹੋਰ ਕੁਝ ਕਹਿਣਾ ਸੀ ਪਰ ਮਾਈ ਦਾ ਸੁਭਾਅ ਕੁਝ ਅਣਖੀ ਜਿਹਾ ਸੀ ਆਪਣੇ ਐਸ਼ਵਰਜ ਵਾਲੇ ਦਿਨਾਂ ਵਿੱਚ ਹਕੂਮਤ ਕੀਤੀ ਸੀ ਪਰ ਹੁਣ ਲਖ ਤੋਂ ਕੱਖ ਦੀ ਹੋ ਗਈ ਸੀ ਇਸ ਲਈ ਉਸ ਦੀ ਬਿਰਤੀ ਹੁਣ ਕਿਸੇ ਦੀ ਟਹਿ ਨਹੀਂ ਸੀ ਸਹਾਰ ਦੀ ਇਸ ਕਰਕੇ ਭਾਈ ਸਰ ਨੇ ਉਸ ਨੂੰ ਨਿਮਰਤਾ ਦਾ ਉਪਦੇਸ਼ ਦਿੱਤਾ ਤੇ ਦੂਜੇ ਪਾਸੇ ਉਸ ਦੇ ਪਤੀ ਨੂੰ ਉਹਨਾਂ ਨੇ ਕਿਹਾ ਕਿ ਉਹ ਜਾ ਕੇ ਆਪਣੇ ਪੁੱਤਰਾਂ ਨੂੰ ਐਸੇ ਤਰੀਕੇ ਨਾਲ ਸਮਝਾਉਣ ਕਿ ਮਾਪਿਆਂ ਦਾ ਕੁਝ ਸਤਕਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਜੰਮਿਆ, ਜਾਇਆ ਤੇ ਪਾਲ-ਪਲੋਸ ਕੀ ਇਸ ਜੋਕ ਕੀਤਾ ਹੈ, ਤੁਹਾਨੂੰ ਨੂਹਾਂ ਦੇ ਹੱਥ ਸੌਂਪ ਕੇ ਉਹਨਾਂ ਦਾ ਹੱਕ ਮੁਕ ਨਹੀਂ ਜਾਂਦਾ। ਭਾਈ ਸਾਹਿਬ ਨੇ ਹੋਰ ਸਪਸ਼ਟ ਕਰਕੇ ਸਮਝਾਇਆ, فرض ਕਰ ਲਓ ਕਿ ਇਸ بی بی ਵਿੱਚ ਅਕਲ ਘਟ ਹੈ। ਕੋਈ ਕੁਪਤ ਵੀ ਕਰਦੀ ਹੈ। ਪਰ ਜ਼ਰਾ ਸੋਚੋ ਕਿ ਸੁਪਤਿਆਂ ਤੇ ਅਕਲਵੰਦਾਂ ਨੂੰ ਤਾਂ ਸਾਰੀ ਦੁਨੀਆ ਪਿਆਰ ਕਰਦੀ ਹੈ। ਪਰ ਇਨਸਾਨੀਅਤ ਤੇ ਮਰਦੂਪਨ ਉਹਨਾਂ ਬੱਚਿਆਂ ਦਾ ਹੈ। ਜੇ ਕੁਪਤੀਆਂ ਤੇ ਮੂਰਖਾਂ ਨਾਲ ਵੀ ਆਪਣੇ ਫਰਜ਼ ਨੂੰ ਨਿਭਾਉਣ ਇਹ ਉਹਨਾਂ ਦਾ ਮੁੱਖ ਫਰਜ਼ ਹੈ ਅੱਜ ਜੇ ਉਸ ਮਾਂ ਪਾਸੋਂ ਇਸ ਕਰਕੇ ਨਫ਼ਰਤ ਹੈ ਕਿ ਉਹ ਕੁਪਤੀ ਹੈ ਤਾਂ ਫਿਰ ਜੰਮਣ ਵੇਲੇ ਕਿਉਂ ਇਹੋ ਜੀ ਕੁਪਤੀ ਮਾਂ ਨੂੰ ਮਾਂ ਬਣਾਇਆ ਸੀ ਉਦੋਂ ਇਸ ਦੀ ਕੁੱਖੋਂ ਕਿਉਂ ਜਨਮ ਲਿਆ ਸੀ ਜਦ ਤੱਕ ਉਹਨਾਂ ਦੀਆਂ ਵੋਟੀਆਂ ਨਹੀਂ ਸਨਾਈਆਂ ਤਾਂ ਇਹੋ ਮਾਂ ਤੁਹਾਡੇ ਤੋਂ ਵਾਰਨੇ ਫੇਰਨੇ ਜਾਂਦੀ ਸੀ ਉਦੋਂ ਇਹ ਮਾਂ ਕਿਉਂ ਉਸ ਪੱਤੀ ਲੱਗਦੀ ਸੀ ਤੇ ਹੁਣ ਇਹ ਕਿਉਂ ਕੁਪੱਤੀ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ